ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਿਛਲੀ ਸਰਕਾਰ ਸੀ ਜਦੋਂ, ਯਾਨੀ ਕਿ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ, ਨਸ਼ਿਆਂ ਦਾ ਮਾਮਲਾ ਉਦੋਂ ਵੀ ਬਹੁਤ ਉੱਠਦਾ ਸੀ। ਉਦੋਂ ਵੀ ਜਵਾਨ ਪੁੱਤ ਆ ਜਿਹੜੇ ਉਹ ਬਾਪ ਦੇ ਜਾਂ ਵੱਡੀ ਉਮਰ ਦੇ ਲੋਕਾਂ ਦੇ ਮੋਢਿਆਂ ਦੇ ਉੱਤੇ ਸਫ਼ਰ ਕਰਦੇ ਸੀ ਆਪਣਾ ਆਖਰੀ, ਅਤੇ ਸਿਵਿਆਂ ਦੇ ਵਿੱਚ ਉਦੋਂ ਜੋ ਕੀਰਨੇ ਪੈਂਦੇ ਸੀ, ਜਦੋਂ ਦੁਹੱਥੜੇ ਮਾਰੇ ਜਾਂਦੇ ਸੀ, ਉਸ ਵਕਤ ਅਸਮਾਨ ਫਟ ਜਾਂਦਾ ਸੀ। ਮਨ ਦੇ ਵਿੱਚ ਖਿਆਲਾਂ ਦਾ ਇਹੋ ਜਿਹਾ ਜਵਾਰ ਪਾਟਾ ਉੱਠਦਾ ਸੀ ਕਿ ਸਾਡੀ ਸਰਕਾਰ ਸੁੱਤੀ ਕਿਉਂ ਪਈ ਹੈ, ਸਾਡੀ ਸਰਕਾਰ ਕਿਹੜੀ ਗੱਲੋਂ ਮੌਨ ਧਾਰਨ ਕਰ ਚੁੱਕੀ ਹੈ। ਉਦੋਂ ਪੰਜਾਬ ਦਾ ਫਿਕਰ ਕਾਂਗਰਸ ਦੇ ਆਗੂ ਕਰਦੇ ਹੁੰਦੇ ਸੀ। ਇਹ ਗੱਲ ਕਹਿੰਦੇ ਸੀ ਕਿ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਨੇ ਪੰਜਾਬ ਨੂੰ ਖਰਾਬ ਕਰਤਾ, ਖਤਮ ਕਰ ਦਿੱਤਾ, ਪੰਜਾਬ ਦੀ ਜਵਾਨੀ ਭੰਗ ਦੇ ਪਾਣੀ ਆਪਣੀਆਂ ਜ਼ਿੰਦਗੀਆਂ ਗੁਆ ਰਹੀ ਹੈ, ਪੰਜਾਬ ਦੇ ਘਰ ਘਰ ਦੇ ਵਿੱਚ ਹੋਮ ਡਿਲੀਵਰੀ ਨਸ਼ੇ ਦੀ ਸ਼ੁਰੂ ਹੋ ਚੁੱਕੀ ਹੈ। ਤੁਸੀਂ ਸਿਲੰਡਰ ਜੇਕਰ ਬੁੱਕ ਕਰਾਓ ਤਾਂ 7ਵੇਂ ਦਿਨ 8ਵੇਂ ਦਿਨ ਤੁਹਾਡੇ ਘਰ ਪਹੁੰਚਦਾ, ਅਤੇ ਜੇਕਰ ਤੁਸੀਂ ਨਸ਼ਾ ਚਾਹੀਦਾ ਤੁਹਾਨੂੰ ਚਿੱਟਾ ਚਾਹੀਦਾ ਤਾਂ ਉਹ ਤੁਹਾਨੂੰ ਕੁਝ ਕੁ ਮਿੰਟਾਂ ਜਾਂ ਅੱਧੇ ਘੰਟੇ ਜਾਂ ਪੌਣੇ ਘੰਟੇ ਦੇ ਵਿੱਚ ਘਰ ਪਹੁੰਚਾ ਦਿੱਤਾ ਜਾਂਦਾ। ਉਦੋਂ ਕਾਂਗਰਸ ਦੇ ਵੱਲੋਂ ਜੋ ਗੱਲਾਂ ਕਹੀਆਂ ਜਾਂਦੀਆਂ ਸੀ, ਮਨ ਨੂੰ ਚੰਗੀਆਂ ਲੱਗਦੀਆਂ ਸੀ ਕਿ ਜੇਕਰ ਇਹਨਾਂ ਨੂੰ ਮੌਕਾ ਮਿਲੇ ਤਾਂ ਸ਼ਾਇਦ ਪੰਜਾਬ ਦਾ ਕੁਝ ਸੰਵਰ ਜਾਵੇ। ਮੌਕਾ ਆਇਆ 2017 ਦੀਆਂ ਵਿਧਾਨ ਸਭਾ ਚੋਣਾਂ ਦਾ, ਅਤੇ ਉਸ ਤੋਂ ਪਹਿਲਾਂ ਰੈਲੀਆਂ ਦੇ ਵਿੱਚ ਦਾਅਵੇ ਅਤੇ ਵਾਅਦੇ ਕਰਨ ਦਾ ਸਿਲਸਿਲਾ ਛਿੜਿਆ। ਤਲਵੰਡੀ ਸਾਬੋ ਦੇ ਵਿੱਚ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹੁਣ ਨੇ ਉਦੋਂ ਨਹੀਂ ਸੀ, ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਦੇ ਵਿੱਚ ਫੜੇ ਅਤੇ ਉਹਨਾਂ ਨੇ ਮੱਥੇ ਨੂੰ ਲਾ ਕੇ ਮਾਈਕ ਦੇ ਮੂਹਰੇ ਖੜ ਕੇ ਲੋਕਾਂ ਦੇ ਨਾਲ ਵਾਅਦਾ ਕੀਤਾ ਅਤੇ ਸਹੁੰ ਖਾਧੀ ਕਿ ਜੇਕਰ ਸਾਨੂੰ ਮੌਕਾ ਦੇ ਦਿੱਤਾ ਪੰਜਾਬ ਦੇ ਲੋਕਾਂ ਨੇ, ਤਾਂ 4 ਹਫ਼ਤੇ ਦੇ ਵਿੱਚ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕਰ ਦਿਆਂਗੇ, ਨਸ਼ੇ ਦੀ ਜੜ੍ਹ ਪੱਟ ਕੇ ਰੱਖ ਦਿਆਂਗੇ, ਪੰਜਾਬ ਦੀ ਜਵਾਨੀ ਨੂੰ ਬਚਾ ਲਾਂਗੇ। ਕਈ ਹੋਰ ਵੀ ਵਾਅਦੇ ਕੀਤੇ ਸੀ, ਪਰ ਸਭ ਤੋਂ ਵੱਧ ਲੋਕਾਂ ਨੂੰ ਗੱਲ ਇਹ ਟੁੰਬੀ ਸੀ ਕਿ ਜਦੋਂ ਬੰਦੇ ਨੇ ਸਹੁੰ ਹੀ ਖਾ ਲਈ, ਗੁਟਕਾ ਸਾਹਿਬ ਹੱਥ ਦੇ ਵਿੱਚ ਫੜੇ ਆ, ਤਾਂ ਫਿਰ ਬੰਦਾ ਮੁੱਕਰ ਤਾਂ ਸਕਦਾ ਨਹੀਂ। ਪਰ ਪਤਾ ਨਹੀਂ ਸੀ ਪੰਜਾਬ ਦੇ ਲੋਕਾਂ ਨੂੰ ਕਿ ਰਾਜਨੀਤਿਕ ਲੋਕ ਮੁੱਕਰ ਜਾਂਦੇ ਹੁੰਦੇ ਆ, ਪਤਾ ਨਹੀਂ ਸੀ ਪੰਜਾਬ ਦੇ ਲੋਕਾਂ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਗਜ਼ਨੀ ਵਰਗੇ ਬਣ ਜਾਣਗੇ, ਜਿਹੜੇ ਗੱਲ ਨੂੰ ਮਿੰਟ ਦੇ ਵਿੱਚ ਭੁੱਲ ਜਾ ਕਰਨਗੇ। ਪਤਾ ਨਹੀਂ ਸੀ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਹਾੜਾਂ ਦੀ ਸੈਰ ਕਰਿਆ ਕਰਨਗੇ, ਅਤੇ ਪੰਜਾਬ ਦੇ ਸਿਵਿਆਂ ਦੇ ਵਿੱਚ ਨੌਜਵਾਨ ਆ ਜਿਹੜੇ ਉਹ ਮੱਚਿਆ ਕਰਨਗੇ, ਉਹਨਾਂ ਦੀਆਂ ਲਾਟਾਂ ਉੱਠਿਆ ਕਰਨਗੀਆਂ, ਉਹਨਾਂ ਦੀ ਦੇਹਦੀਆਂ, ਅਤੇ ਦੁਹੱਥੜੇ ਮਾਰ ਮਾਰ ਕੇ ਪਰਿਵਾਰਕ ਮੈਂਬਰ ਪਿੱਟਿਆ ਕਰਨਗੇ, ਅਤੇ ਬਾਅਦ ਦੇ ਵਿੱਚ ਗੱਲ ਆਈ ਗਈ ਹੋ ਜਾ ਕਰੇਗੀ। ਪਿਛਲੇ ਕੁਝ ਕੁ ਦਿਨਾਂ ਦੀਆਂ ਅਖਬਾਰਾਂ ਕੱਢ ਕੇ ਦੇਖੋ, ਜੋ ਤੁਸੀਂ ਪੜ੍ਹਿਆ ਹੋਊਗਾ ਉਹ ਤੁਹਾਡੇ ਚੇਤੇ ਦੇ ਵਿੱਚ ਜ਼ਰੂਰ ਵਸਿਆ ਹੋਊਗਾ। ਇਸੇ ਕਰਕੇ ਹੁਣ ਪੰਜਾਬ ਦੇ ਵਿੱਚ ਚਿੱਟੇ ਦੇ ਖਿਲਾਫ ਕਾਲਾ ਹਫ਼ਤਾ ਮਨਾਉਣ ਦੀ ਗੱਲ ਤੁਰੀ ਆ। 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਲੋਕ ਸਰਗਰਮ ਹੋਏ ਆ, ਤਾਂ ਜੋ ਚਿੱਟੇ ਦੇ ਸੁਦਾਗਰਾਂ ਦੇ ਖਿਲਾਫ ਅਸੀਂ ਇੱਕ ਲੋਕ ਲਹਿਰ ਕਾਇਮ ਕਰ ਸਕੀਏ। ਪਰ ਲੋਕਾਂ ਦੀ ਇਹ ਲਹਿਰ ਕਿੰਨੀ ਕੁ ਕਾਮਯਾਬ ਹੋਊਗੀ, ਇਹ ਬਾਅਦ ਦੀ ਗੱਲ ਹੈ। ਉਹ ਲੋਕ ਕਿੱਧਰ ਗਏ ਜਿਹੜੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰਦੇ ਸੀ? ਉਹ ਲੋਕ ਕਿੱਧਰ ਗਏ ਜਿਹੜੇ ਪੰਜਾਬ ਦੀ ਜਵਾਨੀ ਨੂੰ ਸਿਵਿਆਂ ਦੇ ਵਿੱਚੋਂ ਖਿੱਚ ਕੇ ਜ਼ਿੰਦਗੀ ਵੱਲ ਲਿਆਉਣ ਦੀ ਗੱਲ ਕਰਦੇ ਸੀ? ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਚੁੱਪ ਕਿਉਂ ਆ? ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮਾਵਾਂ ਦੇ ਕੀਰਨੇ ਕਿਹੜੀ ਗੱਲੋਂ ਨਹੀਂ ਸੁਣਦੇ? ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਉਹ ਕੁਝ ਕਿਉਂ ਨਹੀਂ ਦਿਸਦਾ ਸਾਰੀ ਦੁਨੀਆਂ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਦਿਸ ਜਾਂਦਾ ਕਿ ਇੱਕ ਨੌਜਵਾਨ ਦੀ ਲਾਸ਼ ਪਈ ਹੈ, ਉਹਦਾ ਇੱਕ ਪੁੱਤ ਆ ਜਿਹੜਾ ਬਚਪਨ ਦੇ ਵਿੱਚ ਹੈ ਉਹ ਆਪਣੇ ਬਾਪ ਦੀ ਲਾਸ਼ ਦੇ ਨਾਲ ਚੁੰਬੜ ਜਾਂਦਾ ਹੈ, ਲੋਕ ਉਹਨੂੰ ਪਰੇ ਕਰਦੇ ਆ, ਉਸ ਨੰਨੇ ਮੁੰਨੇ ਨੂੰ ਪਤਾ ਹੀ ਨਹੀਂ ਕਿ ਮੇਰੇ ਬਾਪ ਨੇ ਹੁਣ ਕਦੇ ਆਉਣਾ ਨਹੀਂ, ਇਹਨੂੰ ਚਿੱਟਾ ਪੀ ਗਿਆ, ਪੰਜਾਬ ਦਾ ਭਵਿੱਖ ਕਾਲਾ ਹੋਇਆ ਪਿਆ ਚਿੱਟੇ ਦੇ ਕਰਕੇ। ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਕੋਟਕਪੂਰੇ ਵੱਲ ਇੱਕ ਮਾਂ ਦੁਹੱਥੜੇ ਮਾਰ ਮਾਰ ਕੇ ਪਿੱਟ ਰਹੀ ਹੈ ਕਿਉਂਕਿ ਉਹਦਾ ਪੁੱਤ ਆ ਜਿਹੜਾ ਉਹ ਕੂੜੇ ਦੇ ਢੇਰ ਦੇ ਵਿੱਚ ਆਪਣੀ ਜ਼ਿੰਦਗੀ ਗੁਆ ਬੈਠਾ ਹੈ। ਉਹਦੇ ਹੱਥ ਦੇ ਵਿੱਚੋਂ ਸਰਿੰਜ ਲੱਭੀ ਹੈ, ਪਤਾ ਨਹੀਂ ਕਿੰਨੇ ਕੁ ਘੰਟੇ ਪਹਿਲਾਂ ਉਹਦੇ ਸਾਹਾਂ ਦੀ ਲੋੜ ਟੁੱਟ ਗਈ ਸੀ। ਲੋਕ ਇਹ ਗੱਲ ਕਹਿ ਰਹੇ ਆ ਜਿਹੜੇ ਆਲੇ ਦੁਆਲੇ ਖੜ੍ਹੇ ਆ ਕਿ ਇਹਨੂੰ ਕਮਲੀ ਨੂੰ ਪਰੇ ਕਰੋ, ਨਸ਼ਾ ਬਹੁਤ ਪੀਂਦਾ ਸੀ, ਇਹ ਨਸ਼ਾ ਪੀਂਦਾ ਵੀ ਸੀ, ਪਰ ਮਾਂ ਦਾ ਕੀ ਕਸੂਰ ਹੈ, ਪੰਜਾਬ ਕਿਉਂ ਬਰਬਾਦ ਹੋ ਰਿਹਾ? ਪਤਾ ਨਹੀਂ ਕਿੰਨੇ ਨੌਜਵਾਨ ਹਾਲੇ ਇਸ ਨਸ਼ੇ ਨੇ ਨਿਗਲਣੇ ਆ। ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਦੁੱਧ ਦੀਆਂ ਨਦੀਆਂ ਵਗਦੀਆਂ, ਇੱਥੇ ਪੰਜਾਬ ਦੇ ਵਿੱਚ ਦਹੀਂ ਦੀਆਂ ਨਦੀਆਂ ਵਗਦੀਆਂ, ਪਰ ਅੱਜ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਨਸ਼ਿਆਂ ਦਾ ਦਰਿਆ ਵਗਦਾ ਹੈ ਇਹਦੇ ਬਾਬਤ ਆਪਾਂ ਸਾਰੇ ਜਾਣਦੇ ਹਾਂ। ਪਰ ਕਿਉਂਕਿ ਸਾਡੇ ਆਪਣੇ ਘਰ ਤੱਕ ਅੱਗ ਨਹੀਂ ਪਹੁੰਚੀ, ਇਸ ਕਰਕੇ ਅਸੀਂ ਜਾਗੇ ਵੀ ਨਾ ਜਾਗਿਆਂ ਵਰਗੇ ਹਾਂ, ਅਸੀਂ ਜਾਗੇ ਵੀ ਸੁੱਤਿਆਂ ਵਰਗੇ ਹਾਂ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਲੋਕ ਆਪਣਾ ਸੁਨੇਹਾ ਪਹੁੰਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕਰ ਰਹੇ ਆ। ਅੱਜ ਵੀ ਬਹੁਤ ਸਾਰੀਆਂ ਖਬਰਾਂ ਆਈਆਂ ਜਿਹਦੇ ਵਿੱਚੋਂ ਇੱਕ ਪਿੰਡ ਸਤੀਏ ਵਾਲੇ ਦੀ ਖਬਰ ਹੈ। ਇਸ ਪਿੰਡ ਦੇ ਵਿੱਚ ਇੱਕ 25-26 ਸਾਲ ਦਾ ਨੌਜਵਾਨ ਆ ਜਿਹੜਾ ਉਹ ਨਸ਼ੇ ਦੀ ਓਵਰਡੋਜ਼ ਦੇ ਕਰਕੇ ਅਲਵਿਦਾ ਕਹਿ ਗਿਆ। ਅੱਜ ਜਦੋਂ ਸਮੁੱਚੇ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਦਿਹਾੜਾ ਮਨਾਇਆ ਗਿਆ, ਐਂਟੀ ਡਰੱਗ ਡੇ ਮਨਾਇਆ ਗਿਆ, ਉਸ ਵਕਤ ਪੰਜਾਬ ਦੀ ਗੱਲ ਛਿੜਨੀ ਅਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਲਾਮਬੰਦ ਹੋਣ ਦੀ ਕੋਸ਼ਿਸ਼ ਕਰਨੀ, ਇੱਥੋਂ ਪਤਾ ਲੱਗਦਾ ਕਿ ਪੰਜਾਬ ਕਿੰਨੇ ਖਤਰਨਾਕ ਸਟੇਜ ਦੇ ਉੱਤੇ, ਕਿਹੜੇ ਮੋੜ ਦੇ ਉੱਤੇ ਪਹੁੰਚ ਚੁੱਕਿਆ। ਸਾਨੂੰ ਪੰਜਾਬ ਦੇ ਲੀਡਰਾਂ ਦੇ ਉੱਤੇ ਸੱਚ ਜਾਣਿਓ ਇੱਕ ਪੈਸੇ ਦੀ ਵੀ ਹੈਰਾਨੀ ਨਹੀਂ ਹੁੰਦੀ, ਕਿਉਂਕਿ ਅਸੀਂ ਜਾਣਦੇ ਹਾਂ ਕਿ ਮਰੇ ਅਤੇ ਮੁਕਰੇ ਦਾ ਇਸ ਧਰਤੀ ਦੇ ਉੱਤੇ ਕੋਈ ਹੱਲ ਨਹੀਂ ਹੁੰਦਾ। ਅੱਜ ਪੰਜਾਬ ਦੇ ਦੋ ਮੰਤਰੀਆਂ ਨੂੰ ਪੱਤਰਕਾਰਾਂ ਨੇ ਸਵਾਲ ਕੀਤੇ ਆ,
एक ने साडे सनती मंत्री शाम सुंदर अरोड़ा होरी उन्होंने यह गल कही है कि मजीठा खेत्र दे विच आले दुआले दे खेत्रां दे विच जिहड़े सरहदी खेत्र ने अमृतसर ते तरनतारन दे इत्थे नशा घटिया पर हाले होर घटाउण दे लई मेहनत करनी पैणी है समां लग जाणा। पर जदों पत्रकारां ने उन्हां नूं इह सवाल कीता कि तुहाडी पार्टी दे मुख्यमंत्री साहब ने जिहड़े उन्हां ने तां 4 हफ्तिआं विच नशा खत्म करन दी गल कही सी हुण उह वादा किधर गया वो खिसक गए उन्होंने कोई उत्तर नहीं दिता। जिहड़े पंजाब दे सिहत मंत्री ने ब्रह्म महिंद्रा उन्होंने भी अज पंजाब दे कुछ पत्रकारों ने सवाल किए कि तुहाडी सरकार कहनी सी असीं नशा खत्म कर देंगे हुण नशा क्यों नहीं खत्म हो रहा। हर घर दे विचों इक ही आवाज़ उठ रही है कि कैप्टन साहब चुप क्यों है वह बोलते क्यों नहीं कैप्टन साहब के ना बोलन के पिछे राज की है। उन्होंने सवाल सुने तो अणगौले ज करके तो तुरदे बने उन्होंने किसी भी पत्रकार का इस मुतलक कि सहुं खाधी गुटका साहब की गल की हुण क्यों मुकरे जवाब एक पैसे का नहीं दिता। सो इस वक्त पंजाब के लोगों के मूहरे बहुत वड्डा सवाल है। असी किसी राजनीतिक पार्टी के नाल संबंध नहीं रखते सारिया राजनीतिक पार्टियां साडियां ते निजी तौर दे उत्ते असी किसी दे भी नहीं क्योंकि बतौर वोटर बतौर जिम्मेवार नागरिक सब दे वल नज़र रखनी चाहिए है। पर सवाल फिर उत्थे आके खड़ा हुंदा है कि मगरली सरकार दे मौके कांग्रेस नूं चेता सी कि पंजाब दे विच नशा बहुत है उदों तां राहुल गांधी होरी भी चंडीगढ़ दे वल आ के ये गल कहिंदे सी कि पंजाब दे विच अकाली दल भाजपा गठजोड़ दी सरकार दे चलदिआं 70% नौजवान नशे दे आदी है। उस तों बाद कैप्टन साहब ने लोगों नूं भरोसा दिता तो अज भी तो नशे के आदि उन्ने ही है पंजाब दे विच नशा खत्म कित्थे होया पहला सवाल तो यह है। दूजी गल यह है कि की पंजाब दे मुख्यमंत्री साहब नशा माफिया तो डरे हुए है कि पंजाब दे मुख्यमंत्री साहब नशा माफिया के खिलाफ बोलन का जीरा नहीं रखते कदे पंजाब दे विच इत्थे रेत माफिया की गल छिड़दी है कदे लकड़ माफिया की गल छिड़दी है कदे इत्थे नशा माफिया की गल छिड़दी है वह किहड़े कारण है जिन्हां ने करके कैप्टन अमरिंदर सिंह चुप करके दिनकटी कर रहे हैं। दिनकटी असीं तां कहिंदे आ क्योंकि पंजाब का कोई भी वर्ग इस वक्त खुशहाल नहीं चारे पासे आपोधापी पई हुई है हाहाकार मची हुई है तो कैप्टन साहब मेरा ख्याल है भी यह महसूस करते हैं भी चलो अज का दिन भी निकल गया सुख नाल निकल गया जां दुख नाल निकल गया कल दी कल नूं देखांगे इदां किवें दिनकटी हो इदा किवें मसला हो हल क्योंकि पंजाब दे विच मौजूदा सरकार ने जेकर हालात इवें चलते रहे तो बहुत वड्डियां मुश्किलां दे नाल मत्था लाउणा। एक गल मेरे होर मन दे विच आउंदी है कि पंजाब दे विच जे पिछली सरकार गई सी उह नशे दे करके गई जेकर वर्तमान सरकार आई इह वी नशे नूं खत्म करन दा वादा करके आई तो जिहड़े लक्षण ने जिहड़े हालात ने अज पंजाब दे जिवें पंजाब दे विच लगातार नशा वध रिहा जिवें होम डिलीवरी दी गल चल रही है जिवें चिट्टा पंजाब नूं काला कर चुक्या उस तरीके दे नाल वर्तमान सरकार का भी सुपड़ा जिहड़ा वह साफ नशा ही करेगा ये किसी होर मसले के उत्ते सरकार भावें ना घेरी जाए पर जदों हुण लोग जागण लगे आ तां कैप्टन साहब नूं भी जागना पएगा। लोगों ने बहुत वड्डे सवाल किए हैं कि तुहाडी निजी जिंदगी होगी तुसीं पहाड़ां वल जाओ तुसीं पंजाब मित्रां नाल रहो तुसीं पंजाब दे वल आउणा आओ नहीं आउणा ना आओ पर पंजाब दे लोकां नाल जिहड़े जिहड़े वादे किए वह पूरे करो। दुख की गल यह है कि पंजाब दे लोकां दे नाल वादा तो यह किया कैप्टन साहब ने कि मैं जिंदगी दे विच आखिरी चोण लड़नी है मैनू आखिरी वार का मौका दिओ तो मैं जाते जाते पंजाब का कुछ करके जाना चाहुंदा आ कुछ हो रहा पंजाब दे विच। कैप्टन साहब इंसानियत दे नां दे उत्ते जागो कैप्टन साहब नूं इह चाहीदा कि वह दर्दमंदे बन पंजाब दे विच रॉबर्ट लोकां दी घाट नहीं है पंजाब दे विच पत्थर दिल पहले ही बहुत वसदे आ उम्र दे इस पड़ा दे उत्ते कुछ तां इहो जिहा करजो पंजाब दे लोक चेते रखण। खबरां दे उत्ते विचार चर्चा दोस्तों असी इसे तरीके नाल जारी रखांगे पर पहलां लैणे छुट जे ब्रेक। ब्रेक तो बाद एक बार फिर तुहाडा स्वागत करदे हां दोस्तों कुछ होर खबरां दे उत्ते टिप्पणी करदे हां। आम आदमी पार्टी दे रोपड़ तों विधायक अमरजीत सिंह संधुआ दे उत्ते हमला करन वालिआं ने अज आत्म समर्पण कर दिता है। कई दिन उन्होंने लुकण मिट्टी खेडी पर जदों कोई चारा ना चलिया पता ही सी कि सरेंडर करना पैणा तो फिर उन्होंने अखीर कर दिता है। अजविंदर सिंह जिहड़े कि इस मामले दे विच मुख दोषी है उन्हां दा दोष साबित होना की बनूगा भविख दे विच कुछ कह नहीं सकते। पहले ही पुलिस दे वल्लों कई जने गिरफ्तार किए गए सी अजविंदर सिंह लगातार झकानियां दे रहा सी पर अज आत्म समर्पण करन तों बाद हुण जिहड़े सारे दे सारे दोषी है वह पुलिस दे हथ दे विच है ते अगे तो अगे इस मामले दीआं पौड़ियां की चढ़नगियां किहड़े किहड़े मोड़ कट्टे जाणगे ये वक्त दे उत्ते निर्भर करन दी गल है पर जिहड़ी रिपोर्ट साडे तक अपड़ी है उहदा वेरवा इस तरीके नाल कि
ਬਿਤਰਣੀ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਉੱਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਮੁੱਖ ਮੁਲਜ਼ਮ ਅਜਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੇਈਹਾਰਾ ਅਤੇ ਬਚਿੱਤਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਾਊਵਾਲ ਥਾਣਾ ਨੂਰਪੁਰ ਬੇਦੀ ਨੇ ਆਪਣੀ ਗ੍ਰਿਫਤਾਰੀ ਤੋਂ ਡਰਦੇ ਹੋਏ ਪੁਲਿਸ ਦੇ ਕੋਲ ਸਰੈਂਡਰ ਕਰ ਦਿੱਤਾ। ਪੁਲਿਸ ਵੱਲੋਂ ਦੋਵਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਇਸ ਮਾਮਲੇ ਵਿੱਚ 5 ਵਿਅਕਤੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਇਸ ਦਾ ਖੁਲਾਸਾ ਰੂਪਨਗਰ ਦੇ SSP ਵੱਲੋਂ ਅੱਜ ਲਿਖਤੀ ਪ੍ਰੈਸ ਬਿਆਨ ਦੇ ਰਾਹੀਂ ਕੀਤਾ ਗਿਆ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਮਰਜੀਤ ਸਿੰਘ ਸੰਧੋਆ ਅਤੇ ਲਾਡੀ ਸ਼ੇਰੋਂਵਾਲੀਆ, ਇਹ ਦੋ ਜਿਹੜੇ ਵਿਧਾਇਕ ਨੇ ਇਸ ਵਕਤ ਪੰਜਾਬ ਦੇ, ਇਹਨਾਂ ਦੇ ਕਰਕੇ ਪੰਜਾਬ ਦੇ ਰੇਤ ਮਾਫੀਏ ਦੇ ਬਾਬਤ ਖਬਰਾਂ ਬਹੁਤ ਉੱਭਰ ਕੇ ਸਾਹਮਣੇ ਆਈਆਂ। ਰੇਤ ਮਾਫੀਏ ਦੇ ਵੱਲੋਂ ਆਪਣਾ ਕਾਰੋਬਾਰ ਬਹੁਤ ਲੰਮੇ ਸਮੇਂ ਤੋਂ ਚਲਾਇਆ ਜਾ ਰਿਹਾ, ਪਰ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਦੇ ਨਾਲ ਮਿਲ ਕੇ ਉਹਦੇ ਨਾਲ ਸਾਂਝ ਪਿਆਲੀ ਰੱਖ ਕੇ ਇਹ ਕਾਰੋਬਾਰ ਅੱਗੇ ਤੋਂ ਅੱਗੇ ਵੱਧਦਾ ਹੈ। ਤੁਸੀਂ ਜ਼ਰਾ ਸੋਚ ਕੇ ਦੇਖੋ ਕਿ ਜੇਕਰ ਸਰਕਾਰੀ ਲੋਕਾਂ ਦਾ, ਜੇਕਰ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਇਹਨਾਂ ਦੇ ਉੱਤੇ ਹੱਥ ਨਾ ਹੋਵੇ ਤਾਂ ਇਹ ਬਚ ਕਿਵੇਂ ਸਕਦੇ ਆ? ਮੰਨ ਲਓ ਤੁਸੀਂ ਰੇਤੇ ਦੀ ਇੱਕ ਟਰਾਲੀ ਲੈ ਕੇ ਜਾਂਦੇ ਆ ਅਤੇ ਤੁਹਾਡੇ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈ, ਤੁਸੀਂ ਕੋਈ ਤਰਕ ਦੇ ਨਾਲ ਜਵਾਬ ਨਹੀਂ ਦੇ ਸਕਦੇ ਕਿ ਅਸੀਂ ਮਾਈਨਿੰਗ ਦੇ ਵਿੱਚ ਨਹੀਂ ਹਿੱਸੇਦਾਰੀ ਰੱਖਦੇ, ਅਸੀਂ ਤਾਂ ਮੁੱਲ ਲੈ ਕੇ ਆਏ ਹਾਂ, ਤੁਹਾਨੂੰ ਕੋਈ 2 ਕਿਲੋਮੀਟਰ ਨਹੀਂ ਜਾਣ ਦਿੰਦਾ। ਮੰਨ ਲਓ ਤੁਸੀਂ ਆਪਣੀ ਟਰਾਲੀ ਲੈ ਕੇ ਚਲੇ ਜਾਂਦੇ ਕਿਸੇ ਦਰਿਆ ਦੇ ਉੱਤੇ ਜਿੱਥੇ ਮਾਈਨਿੰਗ ਦਾ ਕੰਮ ਚੱਲਦਾ, ਤੁਸੀਂ ਉੱਥੋਂ ਆਪਣੀ ਮਰਜ਼ੀ ਦੇ ਨਾਲ 4 ਬੱਠਲ ਨਹੀਂ ਆਪਣੀ ਟਰਾਲੀ ਵਿੱਚ ਸੁੱਟ ਸਕਦੇ ਕਿਉਂਕਿ ਤੁਹਾਡੀ ਕਿਸੇ ਨਾਲ ਸਾਂਝ ਨਹੀਂ। ਪਰ ਜੇਕਰ ਤੁਹਾਡੀ ਸਾਂਝ ਆ, ਫਿਰ ਭਾਵੇਂ ਤੁਸੀਂ ਟਿੱਪਰ ਲੈ ਜਾਓ, ਫਿਰ ਭਾਵੇਂ ਤੁਸੀਂ 100 ਟਰਾਲੀ ਲੈ ਜਾਓ, ਅਤੇ ਸਾਰਾ ਕੁਝ ਇਹ ਚੱਲਦਾ ਕਿਵੇਂ ਆ? ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੁੰਦਾ, ਸਰਕਾਰ ਦੀ ਨਜ਼ਰ ਦੇ ਵਿੱਚ ਹੁੰਦਾ, ਅਤੇ ਮਾਇਆ ਆਉਂਦੀ ਇਸ ਮਸਲੇ ਤੋਂ ਆ। ਇਸ ਕਰਕੇ ਇਸ ਮਸਲੇ ਦੇ ਉੱਤੇ ਜਿੰਨਾ ਚਿਰ ਹੋ ਸਕੇ, ਸੰਭਵ ਹੋ ਸਕੇ, ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਜੋ ਅਮਰਜੀਤ ਸਿੰਘ ਸੰਧੂਆ ਦਾ ਮਾਮਲਾ ਸਾਹਮਣੇ ਆਇਆ, ਇਹਦੇ ਨਾਲ ਇੱਕ ਵਾਰ ਫਿਰ ਇਹ ਗੱਲ ਨਸ਼ਰ ਹੋ ਗਈ ਕਿ ਪੰਜਾਬ ਦੇ ਵਿੱਚੋਂ ਨਾ ਤਾਂ ਨਸ਼ੇ ਦਾ ਮਾਫੀਆ ਖਤਮ ਹੋਇਆ, ਨਾ ਪੰਜਾਬ ਦੇ ਵਿੱਚੋਂ ਰੇਤ ਦਾ ਮਾਫੀਆ ਖਤਮ ਹੋਇਆ। ਜਿਵੇਂ ਅਸੀਂ ਪਹਿਲੀ ਖਬਰ ਦੀ ਗੱਲ ਕੀਤੀ ਹੈ, ਉਹੀ ਇੱਥੇ ਲਾਗੂ ਹੁੰਦੀ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਨਹੀਂ ਸੀ ਸੂਬੇ ਦੇ ਵਿੱਚ, ਇਹਨਾਂ ਨੂੰ ਰੇਤ ਮਾਫੀਏ ਦੇ ਖਿਲਾਫ਼ ਕਾਰਵਾਈ ਕਰਨ ਦੀ ਗੱਲ ਚੰਗੀ ਲੱਗਦੀ ਸੀ। ਇਹ ਕਹਿੰਦੇ ਹੁੰਦੇ ਸੀ ਕਿ ਸਾਨੂੰ ਮੌਕਾ ਮਿਲੇ, ਅਸੀਂ ਰੇਤ ਆ ਜਿਹੜੀ ਉਹ ਬਿਲਕੁਲ ਮੁਫ਼ਤ ਦੇ ਭਾਅ ਦੇ ਵਿੱਚ ਕਰ ਦੇਣੀ ਆ, ਕੁਦਰਤ ਦੇ ਸੋਮੇ ਆ, ਕੁਦਰਤ ਦੇ ਵਸੀਲੇ ਆ, ਅਸੀਂ ਕੁਦਰਤ ਦੇ ਵਿੱਚ ਖਿਲਵਾੜ ਕਿਵੇਂ ਕਰ ਸਕਦੇ ਹਾਂ? ਅਕਾਲੀਆਂ ਨੇ ਤਾਂ ਪੰਜਾਬ ਨੂੰ ਲੁੱਟ ਲਿਆ, ਕੁੱਟ ਲਿਆ, ਖਤਮ ਕਰਤਾ, ਪਰ ਅੱਜ ਕੀ ਹੋ ਰਿਹਾ? ਸਾਰਾ ਕੁਝ ਉਹੀ। ਜਦੋਂ ਪਿਛਲੀ ਸਰਕਾਰ ਸੀ ਰੇਤ ਉਦੋਂ ਵੀ ਉਹੀ ਪਾ ਸੀ, ਅੱਜ ਦੀ ਸਰਕਾਰ ਦੇ ਮੌਕੇ ਰੇਤ ਉਹੀ ਪਾ। ਅਕਾਲੀ ਦਲ ਦੇ ਕਈ ਵਿਧਾਇਕਾਂ ਦਾ ਕੰਮਕਾਜ ਤੋਰੀ ਫੁਲਕਾ ਚੱਲਦਾ ਸੀ ਉਦੋਂ ਇਹਨਾਂ ਦੇ ਨਾਲ ਸਾਂਝ ਪਿਆਲੀ ਰੱਖ ਕੇ, ਅਤੇ ਅੱਜ ਕਾਂਗਰਸ ਦੇ ਕਈ ਵਿਧਾਇਕਾਂ ਦਾ ਕੰਮਕਾਜ ਚੱਲਦਾ, ਅੱਗੇ ਵੱਧਦਾ ਇਹਨਾਂ ਨਾਲ ਸਾਂਝ ਪਿਆਲੀ ਰੱਖ ਕੇ। ਇਸ ਕਰਕੇ ਪੰਜਾਬ ਦੇ ਲੋਕ ਆ ਜਿਹੜੇ ਉਹ ਫਿਕਰਮੰਦ ਹੈ ਕਿ ਪਾਰਟੀਆਂ ਬਦਲ ਜਾਂਦੀਆਂ, ਸਾਡੀ ਕਿਸਮਤ ਕਿਉਂ ਨਹੀਂ ਬਦਲਦੀ? ਪਾਰਟੀਆਂ ਕਹਿਣਗੀਆਂ ਕਿ ਅਸੀਂ ਤੁਹਾਡੇ ਲਈ ਬਹੁਤ ਕੁਝ ਕਰਾਂਗੇ, ਪਰ ਉਹ 5 ਸਾਲ ਸਾਡੇ ਲਈ ਕਿਉਂ ਨਹੀਂ ਕੁਝ ਕਰਦੀਆਂ? ਇਹ ਤੁਸੀਂ ਦੇਖਿਓ, ਆਉਂਦੇ ਕੁਝ ਸਮੇਂ ਦੇ ਵਿੱਚ ਰੇਤ ਦਾ, ਨਸ਼ੇ ਦਾ, ਲੱਕੜ ਦਾ, ਬਜਰੀ ਦਾ ਇਹ ਮਾਫੀਆ ਜਿਹੜਾ ਇਹ ਸਰਕਾਰ ਨੂੰ ਲੈ ਡੁੱਬੂਗਾ ਜੇਕਰ ਸਰਕਾਰ ਨਾ ਜਾਗੀ ਤਾਂ। ਸੋ ਅਮਰਜੀਤ ਸਿੰਘ ਸੰਧੂਆ ਦੇ ਮਾਮਲੇ ਦੇ ਵਿੱਚ ਭਾਵੇਂ ਅਜਵਿੰਦਰ ਸਿੰਘ ਫੜਿਆ ਗਿਆ, ਜਿਵੇਂ ਕਿ ਅਸੀਂ ਗੱਲ ਕਹੀ ਆ ਵੀ ਉਹਨੇ ਆਤਮ ਸਮਰਪਣ ਕਰ ਦਿੱਤਾ, ਬਾਕੀ ਦੋਸ਼ੀਆਂ ਨੇ ਵੀ ਕੀਤਾ ਹੈਗਾ, ਹੁਣ ਪੁਲਿਸ ਦੇ ਵੱਲੋਂ, ਅਦਾਲਤ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕੀ ਕਾਰਵਾਈ ਪਾਈ ਜਾਊਗੀ ਕੁਝ ਕਹਿ ਨਹੀਂ ਸਕਦੇ, ਪਰ ਇਸ ਮਾਮਲੇ ਦੇ ਉੱਛਲਣ ਦੇ ਨਾਲ, ਉੱਭਰ ਕੇ ਸਾਹਮਣੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਧੋਆ ਦੇ ਉੱਤੇ ਵੀ ਸਵਾਲ ਖੜ੍ਹੇ ਹੋਏ ਕਿ ਉਹਨਾਂ ਦਾ ਕਿਰਦਾਰ ਕਿਹੋ ਜਿਹਾ। ਪਰ ਇੱਕ ਹੋਰ ਜਿਹੜਾ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਏਕਾ ਹਾਲੇ ਵੀ ਨਹੀਂ, ਭਗਵੰਤ ਮਾਨ ਹਾਲੇ ਵੀ ਕਿਸੇ ਮਸਲੇ ਦੇ ਉੱਤੇ ਨਿਰਾਸ਼ ਹੈ, ਉਹ ਨਹੀਂ ਚਾਹੁੰਦੇ ਕਿ ਮੈਂ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਦੇ ਵਿੱਚ ਹਿੱਸਾ ਲਵਾਂ। ਇਸ ਵਕਤ HS ਫੂਲਕਾ ਨੇ ਜਿਹੜੇ ਉਹ ਪਹਿਲਾਂ ਹੀ ਕਹਿ ਚੁੱਕੇ ਆ ਕਿ ਭਾਈ ਮੈਂ ਸਿਰਫ਼ ਅਤੇ ਸਿਰਫ ਆਪਣੇ ਹਲਕੇ ਤੱਕ ਸੀਮਤ ਰਹਿਣਾ। ਕੰਵਰ ਸੰਧੂ ਵੀ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਆ, ਹੁਣ ਭਗਵੰਤ ਮਾਨ ਵੀ ਸਿਰਫ਼ ਅਤੇ ਸਿਰਫ ਸੰਗਰੂਰ ਜਾਂ ਆਲੇ ਦੁਆਲੇ ਦੇ ਖੇਤਰਾਂ ਤੱਕ ਸੀਮਤ ਰਹਿੰਦੇ ਆ। ਪੰਜਾਬ ਦੇ ਵਿੱਚ ਜਿੰਨੇ ਕੁ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਸੀਨੀਅਰ ਨੇਤਾ, ਉਹਨਾਂ ਦੀ ਆਪਸ ਦੇ ਵਿੱਚ ਕਿੰਨੀ ਕੁ ਬਣਦੀ ਹੈ, ਅਖਬਾਰੀ ਖਬਰਾਂ ਕਾਫੀ ਕੁਝ ਬਿਆਨ ਕਰ ਦਿੰਦੀਆਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਨੀਰਵ ਮੋਦੀ, ਵਿਜੇ ਮਾਲਿਆ, ਲਲਿਤ ਮੋਦੀ ਅਤੇ ਪਤਾ ਨਹੀਂ ਕਿੰਨੇ ਕੁ ਹੋਰ ਮੋਦੀ ਜਾਂ ਹੋਰ ਵੱਖ ਵੱਖ ਕਿਸਮਾਂ ਦੇ ਲੋਕ ਜਿਹੜੇ ਭਾਰਤ ਦੀਆਂ ਬੈਂਕਾਂ ਨੂੰ ਰਗੜਾ ਲਾ ਕੇ ਅਤੇ ਫਰਾਰ ਹੋ ਗਏ, ਵਿਦੇਸ਼ਾਂ ਦੇ ਵਿੱਚ ਸ਼ਾਨਾ ਮੱਤੀ ਜ਼ਿੰਦਗੀ ਬਸਰ ਕਰ ਰਹੇ ਆ, ਉਹਨਾਂ ਲੋਕਾਂ ਨੂੰ ਇਸ ਗੱਲ ਦੇ ਨਾਲ ਕੋਈ ਫਿਕਰ ਨਹੀਂ ਕਿ ਭਗੌੜੇ ਐਲਾਨ ਦਿੱਤੇ ਗਏ ਆ, ਪਾਸਪੋਰਟ ਰੱਦ ਕਰ ਦਿੱਤੇ ਗਏ ਆ, ਬਦਨਾਮੀ ਬਹੁਤ ਹੋ ਗਈ ਆ, ਪਰਚੇ ਦਰਜ ਹੋ ਰਹੇ ਆ ਉਹਨਾਂ ਦੀਆਂ ਸਰਕਾਰਾਂ ਦੇ ਨਾਲ ਜਿਹੜੀਆਂ ਦੇਸ਼ਾਂ ਦੇ ਵਿੱਚ ਉਹ ਰਹਿੰਦੇ ਆ, ਨਾਲ ਉਹਨਾਂ ਦੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਭਾਰਤ ਦੀ ਸਰਕਾਰ, ਕਿਉਂਕਿ ਉਹ ਜਾਣਦੇ ਆ ਕਿ ਭਾਰਤ ਦੀ ਸਰਕਾਰ ਕੱਖ ਨਹੀਂ ਕਰ ਸਕਦੀ। ਉਹ ਜਾਣਦੇ ਆ ਕਿ ਭਾਰਤ ਦੀ ਸਰਕਾਰ ਨੇ ਅੱਜ ਤੱਕ ਕੁਝ ਨਹੀਂ ਕੀਤਾ, ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਨੇ ਕਾਗਜ਼ੀ ਪੱਤਰੀ ਸਾਰਾ ਵੇਲਾ ਲੰਘਾ ਦਿੱਤਾ, ਤਾਂ ਹੁਣ ਸਾਡਾ ਕੀ ਕੋਈ ਵਿਗਾੜ ਲਓ। ਪਰ ਅੱਜ ਵਿਜੇ ਮਾਲਿਆ ਨੇ ਇੱਕ ਕਮਾਲ ਦੀ ਗੱਲ ਕਹੀ ਹੈ,
ਉਹਨੇ ਕਿਹਾ ਵੀ ਮੈਂ ਤਾਂ ਅਰੁਣ ਜੇਟਲੀ ਨੂੰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਤ ਵੀ ਲਿਖਿਆ ਸੀ ਵੀ ਪੈਸਾ ਟਕਾ ਤੁਹਾਡਾ ਭਾਈ ਮੋੜ ਦਿੰਦੇ ਹਾਂ, ਪਰ ਇਹਨਾਂ ਨੇ ਅੱਗੋਂ ਮੈਨੂੰ ਖਤ ਦਾ ਜਵਾਬ ਹੀ ਨਹੀਂ ਦਿੱਤਾ। ਜੇਕਰ ਇਹ ਗੱਲ ਹੈ ਤਾਂ ਫਿਰ ਉਹ ਜਵਾਬ ਕਿਉਂ ਨਹੀਂ ਦਿੱਤਾ ਗਿਆ ਮੋਦੀ ਸਾਹਿਬ ਦੇ ਵੱਲੋਂ ਜਾਂ ਅਰੁਣ ਜੇਟਲੀ ਹੋਰਾਂ ਦੇ ਵੱਲੋਂ? ਅਤੇ ਜੇਕਰ ਇਹ ਗੱਲ ਝੂਠ ਹੈ ਤਾਂ ਵਿਜੇ ਮਾਲਿਆ ਤਾਂ ਆਪਾਂ ਜਾਣਦੇ ਹਾਂ ਕਿ ਇੰਗਲੈਂਡ ਦੀਆਂ ਸੜਕਾਂ ਦੇ ਉੱਤੇ ਟੌਰ ਟੱਪਰ ਨਾਲ ਵਿਚਰ ਰਹੇ ਆ, ਅਤੇ ਉਹਨਾਂ ਨੂੰ ਫਰਕ ਇਸ ਮਾਮਲੇ 'ਤੇ ਕੋਈ ਨਹੀਂ। ਨੀਰਵ ਮੋਦੀ ਦੇ ਮੁਤਲਕ ਵੀ ਪਿਛਲੇ ਕਈ ਦਿਨਾਂ ਤੋਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਕਿ ਉਹ ਤਾਂ ਜੀ ਮਹਿੰਗੀਆਂ ਗੱਡੀਆਂ ਝੂਠ ਰਹੇ ਆ, ਉਹ ਤਾਂ ਸ਼ਾਨਾ ਮਤੇ ਅੰਦਾਜ਼ ਦੇ ਵਿੱਚ ਵਿਚਰ ਰਹੇ ਆ। ਭਾਰਤ ਦੇ ਵਿੱਚ ਲੋਕ ਕੀ ਸੋਚਦੇ ਆ ਉਹ ਕਹਿੰਦੇ ਵੀ ਆਪਾਂ ਇਸ ਗੱਲ ਤੋਂ ਕੀ ਲੈਣਾ। ਅਤੇ ਜਿਹੜੀ ਖਬਰ ਵਿਜੇ ਮਾਲਿਆ ਦੇ ਹਵਾਲੇ ਨਾਲ ਸਾਡੇ ਤੱਕ ਅਪੜੀ ਆ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ 9,000 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਦੇ ਵਿੱਚ ਵਿਜੇ ਮਾਲਿਆ ਨੇ ਲੰਮੇ ਸਮੇਂ ਤੋਂ ਬਾਅਦ ਚੁੱਪ ਤੋੜੀ ਹੈ। ਮਾਲਿਆ ਨੇ ਕਿਹਾ ਕਿ ਬੈਂਕਾਂ ਦਾ ਕਰਜ਼ਾ ਮੋੜਨ ਦੇ ਲਈ ਮੈਂ ਹਰ ਮੁਮਕਿਨ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰੁਣ ਜੇਟਲੀ ਦੋਹਾਂ ਨੂੰ ਖਤ ਲਿਖਿਆ ਪਰ ਦੋਹਾਂ ਦੇ ਵੱਲੋਂ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਉਹਨੇ ਕਿਹਾ ਕਿ ਮੈਨੂੰ ਧੋਖਾਧੜੀ ਦਾ ਪੋਸਟਰ ਬੁਆਏ ਬਣਾ ਦਿੱਤਾ ਗਿਆ। ਮਾਲਿਆ ਫਿਲਹਾਲ ਲੰਡਨ ਦੇ ਵਿੱਚ ਹੈ ਅਤੇ ਕਈ ਤਰ੍ਹਾਂ ਦੇ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ। ਮਾਲਿਆ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ 15 ਅਪ੍ਰੈਲ 2016 ਨੂੰ ਖਤ ਲਿਖੇ। ਮਾਲਿਆ ਨੇ ਕਿਹਾ ਮੈਨੂੰ ਮੀਡੀਆ ਅਤੇ ਨੇਤਾਵਾਂ ਦੇ ਇਲਜ਼ਾਮਾਂ ਦਾ ਪਤਾ ਸੀ ਜਿਵੇਂ ਮੈਂ 9,000 ਕਰੋੜ ਰੁਪਈਆ ਚੋਰੀ ਕਰਕੇ ਭੱਜ ਗਿਆ ਹੋਵਾਂ, ਪਰ ਇਹ ਕਰਜ਼ਾ ਕਿੰਗਫਿਸ਼ਰ ਏਅਰਲਾਈਨ ਨੂੰ ਦਿੱਤਾ ਗਿਆ ਸੀ। ਕਰਜ਼ਾ ਦੇਣ ਵਾਲੀਆਂ ਕਈ ਬੈਂਕਾਂ ਨੇ ਵੀ ਮੇਰੇ ਉੱਤੇ ਵਿਲਫੁੱਲ ਡਿਫਾਲਟਰ ਵਰਗਾ ਤਮਗਾ ਲਗਾ ਦਿੱਤਾ। ਮੈਂ ਜਨਤਾ ਦੇ ਗੁੱਸੇ ਦੀ ਵਜ੍ਹਾ ਬਣ ਗਿਆ ਅਤੇ ਈਡੀ ਨੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਮੇਰੀ ਅਤੇ ਮੇਰੇ ਪਰਿਵਾਰ ਦੀ ਜਾਇਦਾਦ ਅਟੈਚ ਕਰ ਦਿੱਤੀ ਜਿਸ ਦਾ ਮੁੱਲ ਕਰੀਬ 13,900 ਕਰੋੜ ਰੁਪਏ ਹੈ। ਈਡੀ ਨੇ ਇਸ ਮਾਮਲੇ ਦੇ ਵਿੱਚ ਕਿਹਾ ਸੀ ਕਿ ਕਰਜ਼ ਨਾ ਮੋੜ ਸਕਣ ਕਰਕੇ 6,027 ਕਰੋੜ ਰੁਪਈਏ ਦਾ ਨੁਕਸਾਨ ਹੋਇਆ, ਪਰ ਮੇਰੀ ਉਸ ਤੋਂ ਵੱਧ ਦੀ ਜਾਇਦਾਦ ਅਟੈਚ ਕਰ ਲਈ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਇਹ ਸਾਡੇ ਭਾਰਤ ਦੀਆਂ ਬੈਂਕਾਂ ਦੇ ਵਿੱਚ ਮਿਲੀ ਭੁਗਤ ਦੀ ਗੱਲ ਕਹੀਏ ਜਾਂ ਇਹ ਗੱਲ ਕਹਿ ਲਈਏ ਕਿ ਜਿਹੜੇ ਸਰਦੇ ਪੁੱਜਦੇ ਲੋਕ ਹੈ ਜਿਨ੍ਹਾਂ ਨੂੰ ਅਸੀਂ ਇਸ ਰੂਪ ਦੇ ਵਿੱਚ ਜਾਣਦੇ ਹਾਂ ਕਿ ਇਹ ਭਾਰਤ ਦੇ ਧਨਾਡਾਂ ਦੇ ਵਿੱਚੋਂ ਇੱਕ ਹੈ, ਉਹਨਾਂ ਦੀ ਕਿਉਂਕਿ ਪਹੁੰਚ ਉੱਤੇ ਤੱਕ ਹੁੰਦੀ ਹੈ, ਇਸ ਕਰਕੇ ਸਾਰਾ ਕੁਝ ਮਿਲ ਮਿਲਾ ਕੇ ਚੱਲਦਾ। ਅਸੀਂ ਇੱਕ ਦਿਨ ਅੱਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਹੀ ਸੀ ਕਿ ਜੇਕਰ ਤੁਸੀਂ ਜਾਂ ਅਸੀਂ 1,00,000 ਰੁਪਈਏ ਜਾਂ 50,000 ਰੁਪਈਏ ਦਾ ਕਿਸੇ ਬੈਂਕ ਦੇ ਵਿੱਚੋਂ ਕਰਜ਼ਾ ਲੈਣਾ ਹੋਵੇ ਤਾਂ ਪਹਿਲਾਂ ਤਾਂ ਗਵਾਹ ਲੈ ਕੇ ਆਉਣੇ ਪੈਂਦੇ ਆ, ਫਿਰ ਆਪਾਂ ਉਹਨਾਂ ਨੂੰ ਆਧਾਰ ਕਾਰਡ, ਪੈਨ ਕਾਰਡ ਅਤੇ ਆਪਣੀ ਜ਼ਮੀਨ ਜਾਇਦਾਦ ਦੇ ਕਾਗਜ਼ ਦਿੰਦੇ ਆ, ਫਿਰ ਉਹ ਸਾਡੇ ਨਾਲ ਇੱਕ ਗੱਲ ਕਰਦੇ, ਵਾਅਦਾ ਕਰਦੇ ਆ ਕਿ ਭਾਈ ਤੁਸੀਂ ਕਿੰਨੇ ਸਮੇਂ ਦੇ ਵਿੱਚ ਤੁਸੀਂ ਆਪਣੇ ਕਰਜ਼ਾ ਮੋੜ ਦਿਓਗੇ, ਫਿਰ ਸਾਡੇ ਕੋਲੋਂ ਕੋਰੇ ਚੈੱਕ ਦੇ ਉੱਤੇ ਦਸਤਖਤ ਕਰਵਾਉਂਦੇ ਆ, ਫਿਰ ਕਈ ਹੋਰ ਤਰ੍ਹਾਂ ਦੀ ਕਾਗਜ਼ੀ ਪੱਤਰੀ ਕਾਰਵਾਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਸਾਨੂੰ 1,00,000 ਜਾਂ 50,000 ਰੁਪਈਆ ਮਿਲਦਾ। ਪਰ ਜਦੋਂ ਅਸੀਂ ਉਹ ਮੋੜਦੇ ਨੇ ਕਿਸੇ ਵੀ ਕਾਰਨ ਕਰਕੇ, ਫਿਰ ਉਸ ਤੋਂ ਬਾਅਦ ਸਾਡੀ ਜਾਇਦਾਦ ਦਾ ਮੁੱਲ ਪਵਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਸਾਨੂੰ ਜੇਕਰ ਅਸੀਂ ਫਿਰ ਨਹੀਂ ਕਿਸ਼ਤ ਮੋੜਦੇ ਤਾਂ ਭਗੌੜੇ ਵੀ ਕਰਾਰ ਦਿੱਤਾ ਜਾਂਦਾ ਹੈ, ਫਿਰ ਉਹਦੀ ਨਿਲਾਮੀ ਹੁੰਦੀ ਹੈ। ਪਰ 9,000 ਕਰੋੜ ਰੁਪਈਏ ਦਾ ਮਾਮਲਾ ਹੋਵੇ, ਬੰਦਾ ਟੌਰ ਟੱਪੇ ਵਾਲੀ ਜ਼ਿੰਦਗੀ ਇੰਗਲੈਂਡ ਦੇ ਵਿੱਚ ਬਸਰ ਕਰ ਰਿਹਾ ਹੋਵੇ, ਭਾਰਤ ਦੀ ਸਰਕਾਰ ਕਹਿੰਦੀ ਹੋਵੇ ਅਸੀਂ ਫਿਕਰ ਬਹੁਤ ਕਰਦੇ ਹਾਂ ਅਤੇ ਅੱਗੋਂ ਵਿਜੇ ਮਾਲਿਆ ਕਵੇ ਕਰੀ ਜਾਓ ਮੇਰੀ ਸਿਹਤ 'ਤੇ ਕੀ ਅਸਰ ਹੈ, ਤਾਂ ਪਤਾ ਲੱਗਦਾ ਹੈ ਕਿ ਵਿਜੇ ਮਾਲਿਆ ਵਰਗੇ ਜਿਹੜੇ ਲੋਕ ਭਾਰਤ ਦੇ ਅੰਦਰ ਹੀ ਰਾਜ ਸਭਾ ਦੇ ਮੈਂਬਰ ਸੀ, ਉਹ ਜਾਣਦੇ ਆ ਕਿ ਕੌਣ ਕਿੰਨੇ ਕੁ ਪਾਣੀ ਦੇ ਵਿੱਚ ਹੈ, ਉਹ ਜਾਣਦੇ ਆ ਕਿ ਸਾਡਾ ਦੇਸ਼ ਕਿੱਥੇ ਜੇ ਖੜਾ, ਉਹ ਜਾਣਦੇ ਆ ਕਿ ਸਾਡੇ ਦੇਸ਼ ਦੇ ਵਿੱਚ ਵਕਾਊ ਲੋਕ ਕਿੰਨੇ ਆ ਅਤੇ ਸਾਨੂੰ ਭਜਾਉਣ ਵਾਲੇ ਲੋਕ ਕਿੰਨੇ ਕਾ ਅਤੇ ਅਪਣਾਉਣ ਵਾਲੇ ਕਿੰਨੇ ਕਾ। ਇਸ ਕਰਕੇ ਵਿਜੇ ਮਾਲਿਆ ਦੇ ਵੱਲੋਂ ਜਿਹੜੇ ਅੱਜ ਸਵਾਲ ਕੀਤੇ ਗਏ ਆ, ਕਾਫੀ ਲੰਮੇ ਸਮੇਂ ਬਾਅਦ ਉਹਨਾਂ ਨੇ ਚੁੱਪ ਤੋੜੀ ਹੈ ਕਿ ਮੈਂ ਤਾਂ ਖਤ ਲਿਖੇ ਸੀ, ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਜੇ ਤਾਂ ਖਤ ਲਿਖੇ ਸੀ ਤਾਂ ਜਵਾਬ ਦੇਣਾ ਚਾਹੀਦਾ ਸੀ, ਅਤੇ ਜੇਕਰ ਨਹੀਂ ਲਿਖੇ ਤਾਂ ਫਿਰ ਮਾਮਲਾ ਜਿਵੇਂ ਚੱਲ ਰਿਹਾ ਇਹਨੂੰ ਕੋਈ ਤਬਦੀਲ ਵੀ ਨਹੀਂ ਕਰ ਸਕਦਾ। ਭਾਰਤ ਦੇ ਵਿੱਚ ਬੇਸ਼ੱਕ ਦੋਸਤੋ ਅਸੀਂ ਗੱਲ ਕਹਿੰਦੇ ਹਾਂ ਕਿ ਔਰਤਾਂ ਅਤੇ ਮਰਦਾਂ ਦੇ ਵਿੱਚ ਫਰਕ ਕੋਈ ਨਹੀਂ, ਔਰਤਾਂ ਨੂੰ ਮਰਦਾਂ ਦੇ ਮੁਕਾਬਲਤਨ ਸਾਰੇ ਅਧਿਕਾਰ ਮਿਲ ਰਹੇ ਆ। ਔਰਤਾਂ ਨੇ ਚੰਦ ਦੇ ਉੱਤੇ ਜਾ ਕੇ ਵੀ ਪੈਰ ਧਰ ਲਿਆ, ਔਰਤਾਂ ਫੌਜ ਦੇ ਵਿੱਚ ਵੀ ਨੌਕਰੀ ਕਰ ਰਹੀਆਂ, ਔਰਤਾਂ ਦੇ ਵੱਲੋਂ ਜਹਾਜ਼ ਵੀ ਉਡਾਏ ਜਾਂਦੇ ਆ, ਔਰਤਾਂ ਇੰਜੀਨੀਅਰ ਵੀ ਆ, ਔਰਤਾਂ ਹਰ ਖੇਤਰ ਦੇ ਵਿੱਚ ਅੱਗੇ ਜਾ ਰਹੀਆਂ, ਮਰਦਾਂ ਨੂੰ ਪਿੱਛੇ ਛੱਡ ਰਹੀਆਂ, ਘੱਟ ਰਹੀਆਂ। ਪਰ ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਰਿਪੋਰਟ ਦੇ ਮੁਤਾਬਕ ਜਿੱਥੇ ਔਰਤਾਂ ਦੇ ਉੱਤੇ ਸਭ ਤੋਂ ਵੱਧ ਅੱਤਿਆਚਾਰ ਅੱਜ ਵੀ ਹੁੰਦੇ ਆ, ਭਾਵੇਂ ਘਰੇਲੂ ਪੱਧਰ ਦੇ ਉੱਤੇ, ਮਾਨਸਿਕ ਤੌਰ ਦੇ ਉੱਤੇ ਹੋਵੇ ਜਾਂ ਕਿਸੇ ਹੋਰ ਰੂਪ ਦੇ ਵਿੱਚ ਹੋਵੇ। ਇਹ ਰਿਪੋਰਟ ਦੱਸਦੀ ਹੈ ਕਿ ਭਾਰਤ ਉਹਨਾਂ ਦੇਸ਼ਾਂ ਦੇ ਵਿੱਚੋਂ ਅਵਲ ਹੈ, ਪਹਿਲੇ ਨੰਬਰ ਦੇ ਉੱਤੇ ਹੈ, ਜਿੱਥੇ ਔਰਤਾਂ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ, ਭਾਵੇਂ ਉਹ ਸੜਕ ਰਾਹ ਜਾਂਦੇ ਗੱਲ ਹੋਵੇ, ਭਾਵੇਂ ਉਹ ਕਿਸੇ ਹੋਰ ਰੂਪ ਦੇ ਵਿੱਚ ਹੋਵੇ, ਔਰਤਾਂ ਤਾਂ ਔਰਤਾਂ ਹੀ ਨੇ। ਅਤੇ ਜੋ ਕੁਝ ਰਿਪੋਰਟ ਬਿਆਨ ਕਰਦੀ ਹੈ ਉਹਦਾ ਸੰਖੇਪ ਵੇਰਵਾ ਇਸ ਤਰੀਕੇ ਨਾਲ ਕਿ ਗਲੋਬਲ ਐਕਸਪਰਟ ਨੇ ਵੋਟਿੰਗ ਕਰਵਾਈ ਜਿਸ ਵਿੱਚ ਭਾਰਤ ਨੂੰ ਸ਼ਰਮਿੰਦਾ ਕਰਨ ਵਾਲੇ ਅੰਕੜੇ ਸਾਹਮਣੇ ਆਏ ਨੇ। ਵੋਟਿੰਗ ਦੇ ਵਿੱਚ ਗੱਲ ਸਾਹਮਣੇ ਆਈ ਕਿ ਭਾਰਤ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਦੇਸ਼ ਬਣ ਗਿਆ। ਸਰਵੇਖਣ ਦੇ ਵਿੱਚ ਭਾਰਤ ਦੇ ਅੱਵਲ ਰਹਿਣ ਦਾ ਕਾਰਨ ਔਰਤਾਂ ਖਿਲਾਫ਼ ਜਿਣਸੀ ਸ਼ੋਸ਼ਣ ਕਰਨ ਲਈ ਸੁਖਾਲਾ ਮਾਹੌਲ ਹੀ ਨਹੀਂ, ਬਲਕਿ ਇੱਥੇ ਉਹਨਾਂ ਤੋਂ ਗੁਲਾਮਾਂ ਵਾਂਗ ਕੰਮ ਲੈਣਾ ਵੀ ਸਭ ਤੋਂ ਆਸਾਨ ਹੈ। ਸਰਵੇਖਣ ਦੇ ਵਿੱਚ 550 ਮਾਹਰ ਸ਼ਾਮਲ ਹੋਏ ਸਨ। ਇਹ ਸਰਵੇਖਣ ਦੇ ਵਿੱਚ ਭਾਰਤ ਤੋਂ ਬਾਅਦ ਅਫਗਾਨਿਸਤਾਨ ਅਤੇ ਸੀਰੀਆ ਵਰਗੇ ਦੇਸ਼ਾਂ ਦਾ ਨਾਂ ਹੈ। ਸੋਮਾਲੀਆ ਅਤੇ ਸਾਊਦੀ ਅਰਬ ਔਰਤਾਂ ਲਈ ਅਸੁਰੱਖਿਅਤ ਦੇਸ਼ਾਂ ਦੇ ਮਾਮਲੇ ਵਿੱਚ
ਚੌਥੇ ਤੇ ਪੰਜਵੇਂ ਨੰਬਰ ਤੇ ਨੇ। ਭਾਰਤ ਦੇ ਇਸ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਹੋਣ ਤੋਂ ਇਲਾਵਾ ਇੱਕ ਦੰਗ ਕਰਨ ਵਾਲੀ ਗੱਲ ਇਹ ਹੈ ਕਿ ਅਮਰੀਕਾ ਵਰਗਾ ਵੱਡਾ ਦੇਸ਼ ਵੀ ਤੀਜੇ ਸਥਾਨ ਦੇ ਉੱਤੇ ਹੈ। ਔਰਤਾਂ ਨਾਲ ਜਿਣਸੀ ਹਿੰਸਾ ਜਾਂ ਉਹਨਾਂ ਨੂੰ ਸੈਕਸ ਲਈ ਮਜਬੂਰ ਕੀਤੇ ਜਾਣ ਦੇ ਮਾਮਲੇ ਵਿੱਚ ਅਮਰੀਕਾ ਵੀ ਸਾਂਝੇ ਤੌਰ ਦੇ ਉੱਤੇ ਤੀਜੇ ਨੰਬਰ ਤੇ ਆਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਹੜੀ ਵੀ ਪਾਰਟੀ ਦੀ ਸਰਕਾਰ ਭਾਰਤ ਦੇ ਵਿੱਚ ਆਉਂਦੀ ਆ ਉਹ ਇੱਕੋ ਗੱਲ ਕਹਿੰਦੀ ਹੈ ਕਿ ਔਰਤਾਂ ਨੂੰ 33% ਰਾਖਵਾਂਕਰਨ ਰਾਜਨੀਤੀ ਵਿੱਚ ਮਿਲੇਗਾ, ਔਰਤਾਂ ਦੇ ਉੱਤੇ ਕੋਈ ਘਰੇਲੂ ਹਿੰਸਾ ਨਹੀਂ ਹੋਏਗੀ, ਔਰਤਾਂ ਨੂੰ ਨਿਆਂ ਵੀ ਮਿਲੇਗਾ ਅਤੇ ਔਰਤਾਂ ਨੂੰ ਜ਼ਿੰਦਗੀ ਦੇ ਵਿੱਚ ਮਰਦ ਦਾ ਮੁਕਾਬਲਾ ਕਰਨ ਦੇ ਲਈ ਮਰਦ ਤੋਂ ਅੱਗੇ ਨਿਕਲਣ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ। ਕੁਝ ਹੱਦ ਤੱਕ ਇਹ ਸਾਰਾ ਕੁਝ ਹੋਇਆ ਵੀ ਹੈ, ਪਰ ਜੋ ਕੁਝ ਰਿਪੋਰਟ ਦੱਸਦੀ ਆ ਉਹਦੇ ਮੁਤਾਬਕ ਔਰਤਾਂ ਦੇ ਨਾਲ ਜਿਵੇਂ ਜਿਣਸੀ ਸ਼ੋਸ਼ਣ ਕੀਤਾ ਜਾ ਰਿਹਾ, ਜਿਵੇਂ ਉਹਨਾਂ ਨੂੰ ਤੰਗ ਪਰੇਸ਼ਾਨ ਘਰੇਲੂ ਪੱਧਰ ਦੇ ਉੱਤੇ ਕੀਤਾ ਜਾ ਰਿਹਾ, ਜਿਵੇਂ ਔਰਤਾਂ ਬਾਜ਼ਾਰ ਜਾਂਦੀਆਂ, ਰਾਹ ਜਾਂਦੀਆਂ, ਦਫ਼ਤਰ ਜਾਂਦੀਆਂ, ਵਾਪਸ ਆਉਂਦੀਆਂ ਅਸੁਰੱਖਿਅਤ ਮਹਿਸੂਸ ਕਰਦੀਆਂ ਨੇ, ਉਸ ਆਧਾਰ ਦੇ ਉੱਤੇ ਭਾਰਤ ਦੇ ਵਿੱਚ ਔਰਤਾਂ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਹੈ। ਵਿਕਾਸਸ਼ੀਲ ਮੁਲਕਾਂ ਦੇ ਵਿੱਚ ਰਾਤ ਨੂੰ ਬੇਸ਼ੱਕ 2 ਵਜੇ ਔਰਤ ਇਕੱਲੀ ਆਵੇ, ਸੁੰਨਸਾਨ ਸੜਕ ਦੇ ਉੱਤੇ ਆਵੇ, ਉਹਨੂੰ ਕੋਈ ਰੋਕਦਾ ਨਹੀਂ, ਉਹਨੂੰ ਕੋਈ ਸਵਾਲ ਨਹੀਂ ਕਰਦਾ, ਉਹਨੂੰ ਕੋਈ ਟੋਕਦਾ ਨਹੀਂ, ਤੰਗ ਪਰੇਸ਼ਾਨ ਕਰਨ ਵਾਲੀ ਗੱਲ ਤਾਂ ਬਹੁਤ ਦੂਰ ਦੀ ਹੈ। ਪਰ ਕੀ ਭਾਰਤ ਦੇ ਵਿੱਚ ਇਹ ਸਾਰਾ ਕੁਝ ਸੰਭਵ ਹੈ? ਜੇਕਰ ਔਰਤ 1:30 ਵਜੇ 2 ਵਜੇ ਰਾਤ ਨੂੰ ਘਰ ਆਉਂਦੀ ਹੋਵੇ ਤਾਂ ਕਿੰਨੇ ਮੁਸਟੰਡੇ ਉਹਦਾ ਪਿੱਛਾ ਕਰਦੇ ਹੋਣਗੇ, ਕਿਵੇਂ ਉਦੋਂ ਭੱਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਊਗਾ, ਕਿਵੇਂ ਉਹਦਾ ਹੱਥ ਫੜ ਕੇ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ, ਇਹਦੇ ਬਾਬਤ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।